यही मंग करांगा, इन्हें फांसी की सजा होनी चाहिए बस, और कुछ नहीं, उम्र कैद नहीं कुछ नहीं, फांसी की सजा बस। छोटे मासूम बच्चे ने क्या लिया, मैंने मार देंदे, मैं कोई चक्कर नहीं था, पर मैं कभी दसिया नहीं हैगा भी हाँ मैं पूछता रहें भी तेरी कोई गल बात है दस भी हाँ जी मैं दस दे कोई बात नहीं। भरोसा नहीं था भी माँ यह जहाँ काम कर देगी, टेस्ट तो होएगा, तू भी इंसान मंग बच्चों का, मैं भी मंग रहा हाँ। मैं तेरा टेस्ट मैं कहा भी चल कोई नहीं तू मेरा टेस्ट करा, मैं कोई चक्कर नहीं मेरे घर क्या करा जिस मर्जी करा, मैं बच्चों का इंसाफ तो मिलना चाहिए जी। हाँ बिल्कुल, पर वो कहा मैं नहीं तेरा रहना गा भी मेरे वाल इल्जाम लाया भी झूठा। अच्छा। मेरे इन्हें दसिया गा भी बच्चे उस पर खड़ गए गा भी थानू कुछ दिखावगा उसके मतलब नहर के उपर दोनों धक्का दे दी इन्हें पीछे। ਮੇਰਾ ਨਾਮ ਦਿਲਦਾਰ ਸਿੰਘ ਹੈ। ਕਿੱਥੇ ਦੇ ਰਹਿਣਾ ਸਰ? ਗੰਡਾ ਖੜੀ। ਸਰ ਜਿਹੜਾ ਉਹ ਇੱਕ ਹਾਦਸਾ ਹੋਇਆ ਸੀ 2017 ਦੇ ਵਿੱਚ ਉਹ ਆਪਣੇ ਕੀ ਲੱਗਦੇ ਸੀ? ਮੇਰੇ ਦੋਨੋਂ ਬੇਟੇ ਸੀ ਜੀ। ਅਤੇ ਕੀ ਨਾਂ ਸੀ ਉਹਨਾਂ ਦਾ? ਇੱਕ ਨਾਂ ਜਸ਼ਨ ਤਾਂ ਜੀ, ਇੱਕ ਨਾਂ ਹਸਨ। ਕਿੰਨੀ ਉਮਰ ਸੀ ਸਰ? ਇੱਕ ਦੀ 12 ਸਾਲ ਦੀ ਅਤੇ ਇੱਕ 6 ਸਾਲ ਦੀ। ਇਹ ਜਿਹੜਾ ਹਾਦਸਾ ਹੋਇਆ ਸੀ ਉਹਦੇ ਬਾਅਦ ਜਿਹੜੇ ਅੱਜ ਪਤਾ ਲੱਗ ਰਿਹਾ ਵੀ ਉਹਦੀ ਮਾਂ ਅਤੇ ਤੁਹਾਡਾ ਰਿਸ਼ਤੇਦਾਰ ਬਲਜੀਤ ਕੋਈ ਹੈਗਾ ਸੀ, ਉਹਨਾਂ ਦਾ ਕੋਈ ਕਨੈਕਸ਼ਨ ਦੱਸਿਆ ਜਾ ਰਿਹਾ, ਕੀ ਮਾਮਲਾ ਦੱਸਿਓ ਜੀ? ਹਾਂਜੀ, ਉਹਨਾਂ ਦੇ ਦੋਨਾਂ ਦੇ ਨਜਾਇਜ਼ ਸਬੰਧ ਤੇ ਜੀ। ਅੱਛਾ ਜੀ। ਹਾਂ ਜੀ, ਜਦ ਕਾ ਮਤਲਬ ਮੈਨੂੰ ਕੁਛ ਨਹੀਂ ਦੱਸਿਆ ਜੀ ਇਹਨਾਂ ਨੇ, ਮੈਂ ਘਰ ਵਾਲੀ ਨੂੰ ਵੀ ਪੁੱਛਦਾ ਰਿਹਾ ਵੀ ਕੋਈ ਗੱਲਬਾਤ ਆ ਮੈਨੂੰ ਦੱਸ, ਮੇਰੇ ਮੈਂ ਫੋਨ ਵੀ ਕਰੇ ਦੀ। ਉਸ ਤੋਂ ਬਾਅਦ ਫਿਰ ਮਤਲਬ ਜਦ ਟੈਸਟ ਹੋਣਾ ਤਾਂ ਜੀ ਘਰ ਤੋਂ ਚਲੀ ਗਈ ਤੀ। ਟੈਸਟ ਕਿਹੜਾ ਵੀਰ ਜੀ? ਲਾਈਫ ਟੈਸਟ ਜਾਂ ਝੂਠ ਸੱਚ ਝੂਠ ਗਈ ਹੋ ਗਿਆ ਮਤਲਬ? ਉਹ ਹੋ ਗਿਆ ਜੀ, ਹਾਂਜੀ ਡੇਢ ਮਹੀਨਾ ਹੋ ਗਿਆ ਜੀ ਉਸਦੀ, ਅਜੇ ਰਿਪੋਰਟ ਆਉਣੀ ਤੀ। ਠੀਕ ਹੈ, ਮਤਲਬ ਰਿਪੋਰਟ ਆ ਗਈ ਤੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਕੱਲ੍ਹ ਲਿਆਏ ਇਹਨਾਂ ਨੂੰ ਚੱਕ ਕੇ ਜੀ, ਰਿਪੋਰਟ ਕੇ ਧਾਰ 'ਤੇ ਲਿਆਏ, ਪਤਾ ਨਹੀਂ ਪਰ ਮੇਰੇ ਸਾਹਮਣਾ ਵੀ ਮੰਨ ਗਏ ਜੀ। ਹਾਂਜੀ, ਦੋਨੋਂ ਮੰਨ ਗਏ। ਹਾਂਜੀ, ਕੀ ਕਹਿੰਦੇ, ਕਿਸ ਤਰ੍ਹਾਂ ਕੀਤਾ ਉਹਨਾਂ ਨੇ ਜਿਹੜਾ ਇਹ ਜਿਹੜੇ ਦੋਨੋਂ ਬੱਚਿਆਂ ਦਾ ਜਿਹੜਾ ਕਤਲ ਕੀਤਾ ਜਾਂ ਨਹਿਰ ਸੁੱਟ ਕੇ ਕੀਤਾ ਕਿਸ ਤਰ੍ਹਾਂ? ਹਾਂਜੀ, ਬਲਜੀਤ ਲੈ ਗਿਆ ਜੀ ਬਿਠਾ ਕੇ ਇਹਨੂੰ, ਐਕਟੀਵਾ 'ਤੇ ਲੈ ਗਿਆ ਬਿਠਾ ਕੇ ਜੀ। ਅੱਛਾ ਜੀ। ਹਾਂਜੀ, ਗੁਰਦੁਆਰੇ ਕਨੀਂਦੇ ਜੀ। ਅੱਛਾ। ਮੇਰੇ ਘਰ ਵਾਲੀ ਦਾ ਫੋਨ ਆਇਆ ਜੀ ਬਲਜੀਤ ਦਾ ਵੀ ਹਾਂਜੀ ਵੀ ਬੱਚੇ ਕਿੱਥੇ ਆ, ਇੰਤਜ਼ਾਰ ਕਿੱਥੇ ਆ, ਮੈਂ ਤਾਂ ਰਾਜਪੁਰੇ ਦਾ ਜੀ, ਮਾਰਨਾ ਮੈਨੂੰ ਵੀ ਤਾਂ ਜੀ ਉਸਨੇ ਬਲਜੀਤ ਨੇ ਜੀ, ਪਰ ਮੇਰੇ ਬੱਚੇ ਨੂੰ ਲੈ ਗਿਆ ਜੀ ਉਹ ਬਿਠਾ ਕੇ। ਠੀਕ ਹੈ। ਅਤੇ ਘਰ ਵਾਲੀ ਦਾ ਫੋਨ ਕਰਿਆ ਜੀ ਵੀ ਕਿੱਥੇ ਆ, ਮਤਲਬ ਬੱਚੇ ਕਿੱਥੇ ਇੰਤਜ਼ਾਰ ਆ, ਉਹ ਕਹਾ ਵੀ ਬੱਚੇ ਤਾਂ ਹੁਣ ਠੰਡਾ ਪੀਣ ਜਾ ਰਹੇ ਆ, ਘਰ ਉੱਧਰ ਨੂੰ ਭੇਜ ਦੇ ਮੈਂ ਪੂਰਾ ਖੜਿਆ, ਮੈਂ ਘੁਮਾ ਕੇ ਲਿਆਉਣਾ। ਅੱਛਾ। ਬੱਚਿਆਂ ਨੂੰ ਇਹਨੇ ਭੇਜ ਦੇ ਵੀ ਉੱਥੇ ਚਾਚਾ ਖੜਿਆ ਤੇਰਾ ਵੀ ਜਾਓ, ਬੱਚੇ ਉਸਦੇ ਨਾਲ ਚਲੇ ਗਏ ਅਤੇ ਫਿਰ ਉੱਥੇ ਨਹਿਰ 'ਤੇ ਇਹਨੇ ਜਾ ਕੇ ਧੱਕਾ ਦੇ ਦਿਆ ਜੀ ਦੋਨੋਂ ਬੇਟਿਆਂ ਨੂੰ। ਅੱਛਾ, ਬਲਜੀਤ ਨੇ ਇਹ ਫਿਰ ਮੰਨੇ ਆ ਜੀ ਇਸ ਗੱਲ ਨੂੰ? ਇਹ ਤਾਂ ਦੇਖੋ ਬਹੁਤ ਮਾੜੀ ਗੱਲ ਹੈ। ਚਲੋ, ਪਰਮਾਤਮਾ ਨੇ ਤੁਹਾਨੂੰ ਇਨਸਾਫ ਦਿੱਤਾ। ਇਹੀ ਮੰਗ ਕਰਾਂਗਾ, ਇਹਨਾਂ ਨੂੰ ਫਾਂਸੀ ਕੀ ਸਜ਼ਾ ਹੋਣੀ ਚਾਹੀਦੀ ਹੈ ਬਸ, ਹੋਰ ਕੁਛ ਨਹੀਂ, ਉਮਰ ਕੈਦ ਨਹੀਂ ਕੁਛ ਨਹੀਂ, ਫਾਂਸੀ ਕੀ ਸਜ਼ਾ ਬਸ, ਮੈਂ ਤਾਂ ਇਹੀ ਮੰਗ ਕਰਾਂਗਾ ਬਸ। ਇਹਨਾਂ ਨੂੰ ਛੋਟੇ ਮਾਸੂਮ ਬੱਚਿਆਂ ਨੇ ਕਹਿ ਲਿਆ, ਮੈਨੂੰ ਮਾਰ ਦਿੰਦੇ, ਮੈਨੂੰ ਕੋਈ ਚੱਕਰ ਨਹੀਂ ਤਾ। ਇਹ ਰਹਿ ਕਿੱਥੇ ਰਹੇ ਸੀ ਹੁਣ ਦੋਨੋਂ ਜਣੇ, ਬਲਜੀਤ ਤੇ? ਰਾਜਪੁਰੇ ਰਹਿਤਾ ਜੀ ਬਲਜੀਤ। ਰਾਜਪੁਰੇ ਕਿੱਥੇ? ਰਾਜਪੁਰੇ ਇੱਥੇ ਗੁਰੂ ਨਾਨਕ ਦੀ ਹੱਟੀ 'ਤੇ ਲੱਗੀ ਵੀ ਤੀ ਜੀ। ਮਤਲਬ ਜਿਸ ਤਰ੍ਹਾਂ ਇਹਦੀ ਤੁਹਾਡੀ ਜਿਹੜੀ ਵਾਈਫ ਸੀ ਉਹਦੀ, ਉਹਨੂੰ ਪਤਾ ਸੀ ਵੀ ਬੱਚੇ ਉਹਨਾਂ ਨੇ ਮਾਰੇ ਆ, ਫਿਰ ਸਟਾਰਟਿੰਗ 'ਚ ਕਿਉਂ ਦੱਸਿਆ ਇੰਨਾ ਭੰਬਲ ਭੂਸੇ 'ਚ ਕਿਉਂ ਭਾਗ ਰੱਖਿਆ ਉਹਨਾਂ ਨੇ? ਇਹ ਤਾਂ ਉਸਨੂੰ ਪਤਾ ਜੀ, ਮੈਂ ਪੁੱਛਦਾ ਰਹੇ ਤਾਂ ਮੇਰੇ ਗੈਲ ਫੋਨ 'ਤੇ ਗੱਲ ਹੋਈ ਤੀ, ਮੈਂ ਮਿਲੇ ਨਾ ਮੈਂ ਜਵਾਬ ਨਹੀਂ ਮਿਲੇ ਦਾ, ਪਰ ਮੈਨੂੰ ਕਦੀ ਦੱਸਿਆ ਨਹੀਂ ਹੈਗਾ ਵੀ ਹਾਂ ਮੈਂ ਪੁੱਛਦਾ ਰਹੇ ਦਾ ਵੀ ਤੇਰੀ ਕੋਈ ਗੱਲਬਾਤ ਆ ਦੱਸ ਵੀ ਹਾਂ ਜੀ ਮੈਨੂੰ ਦੱਸ ਦੇ ਕੋਈ ਬਾਤ ਨਹੀਂ। ਵੀ ਤਾਂ ਮਾਸੂਮ ਬੱਚੇ ਆ ਉਹਨਾਂ ਦਾ, ਇਹਨਾਂ ਤੇਰੀ ਮਾਂ ਤੂੰ ਵੀ ਇਨਸਾਫ ਮਿਲਣਾ ਚਾਹੀਦਾ ਉਹਨਾਂ ਦਾ, ਪਰ ਮਾਂ ਇਹ ਭਰੋਸਾ ਨਹੀਂ ਤਾਂ ਵੀ ਮਾਂ ਇਹੋ ਜਿਹਾ ਕੰਮ ਕਰ ਦੇਗੀ, ਕਿਸੇ ਨੂੰ ਵੀ ਨਹੀਂ ਤਾਂ ਵੀ ਮਾਂ ਇਹੋ ਜਿਹਾ ਕੰਮ ਕਰੇਗੀ, ਪਰ ਮਾਂ ਇਹੋ ਜਿਹੀ ਨਿਕਲੇਗੀ ਪਤਾ ਨਹੀਂ। ਜਦੋਂ ਆਖਰੀ ਵਾਰ ਤੁਹਾਡੇ ਘਰੋਂ ਜਦੋਂ ਚਲੀ ਗਈ ਸੀ ਤੁਹਾਡੀ ਵਾਈਫ ਮਨਜੀਤ ਕੌਰ, ਅਤੇ ਉਸ ਤੋਂ ਬਾਅਦ ਉਹ ਕਿੱਥੇ ਰਹੀ ਜਾ ਕੇ? ਪਹਿਲਾਂ ਅੰਮ੍ਰਿਤਸਰ ਚਲੀ ਗਈ ਸੀ, ਉੱਥੋਂ ਵਾਪਸ ਵੀ ਆਈ ਸੀ? ਪਹਿਲਾਂ ਭੈਣ ਪਾ ਰਹੀ ਹੈ ਜੀ ਆਪਣੀ। ਅੱਛਾ। 4-5-6 ਮਹੀਨੇ ਭੈਣ ਪਾ ਲਈ ਔਰ ਕੁੱਤਾ ਖਿੜੀ ਜੀ, ਕੁੱਤਾ ਖਿੜੀ ਤੋਂ ਬਾਅਦ ਫਿਰ ਉਹ ਘਰਾਂ ਆ ਗਈ, ਮੈਂ ਲਿਆਇਆ ਜੀ ਇਹਨੂੰ ਮਿੰਨਤਾਂ ਕਰਕੇ ਵੀ ਚੱਲ ਕੋਈ ਨਹੀਂ ਜੋ ਹੋ ਗਿਆ ਠੀਕ ਹੈ, ਵੀ ਟੈਸਟ ਤਾਂ ਹੋਏਗਾ ਤੂੰ ਵੀ ਇਨਸਾਨ ਮੰਗ ਬੱਚਿਆਂ ਦਾ, ਮੈਂ ਵੀ ਮੰਗ ਰਿਹਾ। ਮੈਂ ਕਿਹਾ ਤੇਰਾ ਟੈਸਟ ਮੈਂ ਕਿਹਾ ਵੀ ਚੱਲ ਕੋਈ ਨਹੀਂ ਤੂੰ ਮੇਰਾ ਟੈਸਟ ਕਰਾ, ਮੈਂ ਕੋਈ ਚੱਕਰ ਨਹੀਂ ਮੇਰੇ ਘਰ ਕਿਆ ਕਰਾ ਜਿਸ ਮਰਜ਼ੀ ਕਰਾ, ਮੈਨੂੰ ਬੱਚਿਆਂ ਦਾ ਇਨਸਾਫ ਤਾਂ ਮਿਲਣਾ ਚਾਹੀਦਾ ਜੀ। ਹਾਂ ਬਿਲਕੁਲ ਬਿਲਕੁਲ। ਪਰ ਉਹ ਕਹਾ ਮੈਂ ਨਹੀਂ ਤੇਰਾ ਰਹਿਣਾ ਗਾ ਵੀ ਮੇਰੇ ਵੱਲ ਇਲਜ਼ਾਮ ਲਾਇਆ ਵੀ ਝੂਠਾ। ਉਸ ਤੋਂ ਬਾਅਦ ਮੈਂ ਕਿਹਾ ਵੀ ਜਾ ਫਿਰ ਮੈਂ ਨਹੀਂ ਰੱਖਦਾ, ਜਦ ਕਿ ਉਹਨੂੰ ਪਤਾ ਹੀ ਸੀ ਬੱਚੇ ਕਿੱਥੇ ਗਏ ਆ, ਉਹਨੂੰ ਸਭ ਕੁਝ, ਉਹਨੇ ਤੁਹਾਨੂੰ ਗੁੰਮਰਾਹ ਕੀਤਾ ਉਹਨੇ। ਉਸ ਤੋਂ ਬਾਅਦ ਫਿਰ ਮੈਂ ਰਾਜਪੁਰੇ ਸਵੇਰੇ ਸਵੇਰੇ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਵਾ, ਜਾ ਵੀ ਮੈਂ ਨਹੀਂ ਰੱਖਦਾ ਫਿਰ, ਤੂੰ ਬੱਚਿਆਂ ਕਹਿ ਨਹੀਂ ਤੂੰ ਮੇਰੇ ਗੱਲ ਖੜੀ ਹੋ ਰਹੀ। ਮੈਂ ਫਿਰ ਮੈਂ ਰਾਜਪੁਰੇ ਛੱਡ ਦਿਆ, ਉਸ ਤੋਂ ਬਾਅਦ ਫਿਰ ਪਤਾ ਨਹੀਂ ਕਿੱਥੇ ਗਈ ਆ ਮਤਲਬ। ਫਿਰ ਇਹ ਜਿਹੜਾ ਬਲਜੀਤ ਸੀ ਵਾਰ ਵਾਰ ਇਸਨੂੰ ਪੁਲਿਸ ਪਕੜਦੀ ਵੀ ਸੀਗੀ,
ਇਹ ਫਿਰ ਬਾਰ ਬਾਰ ਛੁੱਟ ਕਿਵੇਂ ਜਾਂਦਾ ਸੀ ਉਸ ਟਾਈਮ? ਇਸਕਾ ਚਾਚਾ ਛੁਡਾਵੇ ਦਾ ਜੀ। ਕੌਣ ਆ ਚਾਚਾ ਉਹਦਾ? ਇਸਕਾ ਚਾਚਾ ਪਹਿਲਾਂ SI ਤਾ ਜੀ। ਅੱਛਾ ਹਾਂਜੀ, ਉਹ ਛੁਡਾ ਦਿੰਦਾ ਜੀ ਇਹਨੂੰ। ਅੱਛਾ, ਕਿਉਂਕਿ ਇਸਕੇ ਗੱਲ ਕੋਈ ਹੋਰ ਵੀ ਹੋਏਗਾ ਜੀ, ਇਕੱਲੇ ਬੰਦੇ ਗੇਰਨੇ ਵਾਲੇ ਨਹੀਂ ਹੈਗਾ ਜੀ ਇਹ, ਵੀ ਹਾਂ ਇਕੱਲੇ ਬੰਦੇ ਦਾ ਇੰਨੀ ਹਿੰਮਤ ਨਹੀਂ ਹੁੰਦੀ ਜੀ। ਜਿਵੇਂ ਕਿ ਤੁਸੀਂ ਕਹਿੰਦੇ ਹੋ ਵੀ ਐਕਟਿਵਾ 'ਤੇ ਬਿਠਾ ਕੇ ਲੈ ਗਿਆ, ਕੋਈ ਪਿੰਡ ਵਾਲੇ ਕਹਿ ਰਹੇ ਵੀ ਪਹਿਲਾਂ ਛੋਟਾ ਬੱਚਾ ਗਿਰਿਆ, ਫਿਰ ਕਹਿੰਦੇ ਭੱਜਣ ਲੱਗਿਆ ਵੱਡਾ ਉਹਨੂੰ ਫੜ ਲਿਆ, ਇੱਦਾਂ ਦੀ ਵੀ ਕੋਈ ਗੱਲ ਹੋਈ ਸੀਗੀ, ਕੋਈ ਪਤਾ ਲੱਗਿਆ ਕੁਛ? ਨਹੀਂ ਇੱਦਾਂ ਨਹੀਂ, ਉਹਨੇ ਮੇਰੇ ਇਹਨੇ ਦੱਸਿਆ ਗਾ ਵੀ ਬੱਚੇ ਉਸ ਪਰ ਖੜ ਗਏਗਾ ਵੀ ਤੁਹਾਨੂੰ ਕੁਛ ਦਿਖਾਵਾਂਗਾ, ਉਸਕੇ ਮਤਲਬ ਨਹਿਰ ਕੇ ਉੱਪਰ ਦੋਨਾਂ ਨੂੰ ਧੱਕਾ ਦੇ ਦਿਆ ਜੀ ਇਹਨੇ ਪਿੱਛੇ। ਅੱਛਾ, ਦੋਨਾਂ ਨੂੰ ਧੱਕਾ ਦੇ ਦਿਆ। ਤੁਹਾਡੇ ਅੱਗੇ ਮੰਨਿਆ ਵੀ ਹੈ ਕਦੀ ਦਰਦ ਰੂਪੀ ਗਏ ਜਿਸ ਤਰ੍ਹਾਂ ਕੋਈ? ਨਹੀਂ, ਮੇਰੇ ਪਾਸ ਆਵੇ ਨਹੀਂ ਤਾਂ ਮੈਂ ਲੜ ਪੈਂਦਾ ਜੀ, ਮੈਨੂੰ ਧਮਕੀਆਂ ਵੀ ਦਈਆਂ ਇਸਨੇ ਕਈ ਵਾਰ, ਮੈਂ ਇਸਕੇ ਉੱਥੇ ਗਿਆ ਜੀ। ਅੱਛਾ ਹਾਂ ਜੀ, ਮੇਰੇ ਪਰ ਰਿਕੋਰਡਿੰਗਾਂ ਵੀ ਪਈਆਂ, ਇਸਕੀ ਧਮਕੀ ਦਈ ਦੀ, ਮੈਨੂੰ ਕਹਿ ਰਿਹਾ ਵੀ ਤੈਨੂੰ ਮਾਰਾਂਗਾ, ਕਹਿ ਰਿਹਾ ਵੀ ਕੋਈ ਬਾਤ ਨਹੀਂ ਜੇ ਤੂੰ ਮੇਰੇ ਪਾ ਆ, ਮਾਂ ਵੀ ਕੋਈ ਬਾਤ ਨਹੀਂ, ਮੈਂ ਪਰ ਤੈਨੂੰ ਛੱਡਦਾ ਨਹੀਂ, ਮੈਂ ਵੀ ਕਿਹਾ ਵਾ ਤਾਂ ਮੈਂ ਤੈਨੂੰ ਛੱਡਦਾ ਨਹੀਂ ਹੈਗਾ। ਮੈਂ ਹੁਣ ਅੱਜ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ, ਅੱਜ ਨਹਿਰ ਤੇ ਪੁਲਿਸ ਵਾਲੇ ਜਿਵੇਂ SSP ਸਾਹਿਬ ਵੀ ਆਏ ਸੀ, ਹੋਰ ਵੀ ਕੀ ਕਾਰਵਾਈ ਉਹਨਾਂ ਕੀਤੀ, ਤੁਹਾਨੂੰ ਪਤਾ ਕੀ ਕਾਰਵਾਈ ਕੀਤੀ ਗਈ ਇਹਨਾਂ ਨੂੰ? ਅੰਦਰ SSP ਸਾਹਿਬ ਆਏ ਸੀ, ਮੈਨੂੰ ਮਿਲੇ ਜੀ, ਮੈਨੇ ਕਿਹਾ ਵੀ ਕੋਈ ਬਾਤ ਨਹੀਂ, ਇਨਸਾਫ ਮਿਲੇਗਾ, ਬਾਕੀ ਫੜੇ ਗਏ ਨੇ ਤੇਰੀ ਗੈਲ ਹੈ, ਮਦਦ ਕਰਾਂਗੇ ਤੇਰੀ ਪੂਰੀ, ਇਹੀ ਬਾਤ ਨਹੀਂ। ਤੁਸੀਂ ਸੰਤੁਸ਼ਟ ਹੋ ਪੁਲਿਸ ਨੇ ਤੁਹਾਨੂੰ ਇਨਸਾਫ ਦਵਾਇਆ? ਹਾਂ, ਮੈਂ ਤਾਂ ਪੁਲਿਸ ਵਾਲਿਆਂ ਦਾ ਬਹੁਤ ਧੰਨਵਾਦ, ਜਿਹੜੇ DSP ਆਇਆ ਨਵਾਂ ਜੀ, ਉਹਨੇ ਬਹੁਤ ਮਦਦ ਕਰੀ ਜੀ ਮੇਰੀ, ਪੁਲਿਸ ਵਾਲਿਆਂ ਦਾ ਬਹੁਤ ਧੰਨਵਾਦ ਕਰਾਂ ਜੀ, ਮੇਰੇ ਬੱਚਿਆਂ ਦਾ ਇਨਸਾਫ ਦਵਾ ਦਿਆ ਇਹਨਾਂ ਨੇ ਬਸ। ਹੁਣ ਦੇਖੋ ਇੰਨੀ ਦਰਦਨਾਕ ਘਟਨਾ ਇੱਕ ਮਾਂ ਨੇ ਆਪਣੇ ਮਤਲਬ ਜੋ ਵੀ ਅਸ਼ਕਰੀਆ ਜੋ ਵੀ ਕਹਿ ਸਕਦੇ ਆ ਰਿਸ਼ਤੇਦਾਰ ਨਾਲ ਮਿਲ ਕੇ ਕੀਤੀ ਹੈ, ਆਫਟਰ ਤੁਸੀਂ ਕੀ ਮੰਗ ਕਰਦੇ ਹੋ? ਮੈਂ ਤਾਂ ਇਹੀ ਮੰਗ ਕਰ ਰਿਹਾ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਦੋਨਾਂ ਨੂੰ, ਉਮਰ ਕੈਦ ਨਹੀਂ ਮੈਂ ਮੰਗਾਂਗਾ ਨਾ ਜੀ, ਉਮਰ ਕੈਦ ਤਾਂ ਰੋਟੀਆਂ ਖਾਏਗੇ ਪਰ ਫਾਂਸੀ ਦੀ ਸਜ਼ਾ ਜੀ। ਮਾਸੂਮ ਬੱਚਿਆਂ ਪਰ ਕੋਈ ਵੀ ਹੈ ਤਰਸ ਨਹੀਂ ਇਹਨਾਂ ਨੇ ਕਰਿਆ ਉਸ 'ਤੇ, ਪਰ ਇੱਕ ਹੈ ਜਿਹੜਾ ਜਿਹੜਾ ਇਸਮਾਂ ਦੋਸ਼ੀ ਹੈ ਸਾਰਿਆਂ ਨੂੰ ਕਹਾਂਗਾ ਵੀ ਇਹਨਾਂ ਨੂੰ ਫਾਂਸੀ ਸਜ਼ਾ ਹੋਏ, ਬਸ ਮੇਰੀ ਇਹੀ ਮੰਗ ਹੈ ਜੀ। ਪਿਆਰਾ ਸਿੰਘ ਜੀ, ਕੀ ਲੱਗਦੇ ਤੁਸੀਂ ਜਿਹੜੇ ਜਿਹੜੇ ਬੱਚੇ ਦੋਨੋਂ ਦਾ? ਦਾਦਾ ਜੀ। ਅੱਛਾ, ਅਤੇ ਇਹ ਕੀ ਤੁਹਾਨੂੰ ਕਿਵੇਂ ਲੱਗਿਆ ਪਤਾ ਵੀ ਜਿਹੜੀ ਮਾਂ ਬੱਚਿਆਂ ਦੀ ਸੀਗੀ ਉਹਨੇ ਹੀ ਇਹ ਸਾਰਾ ਕੰਮ ਕੀਤਾ, ਤੁਹਾਨੂੰ ਕਿਵੇਂ ਲੱਗਿਆ ਪਤਾ ਜੀ? ਮੈਨੂੰ ਤਾਂ ਜੀ ਪਤਾ ਇਸਕੇ ਚਾਲ ਚਾਲਾਂ ਦੇ ਉਹੀ ਲੱਗਿਆ ਵੀ ਜਿਹੜੀ ਉਹ ਘਰਾਂ ਨਹੀਂ ਰਹਿੰਦੀ ਵੀ ਕੰਮ ਇਸਨੇ ਕਰਾਇਆ। ਅੱਛਾ, ਹਾਂਜੀ, ਪਹਿਲੇ ਦਿਨ ਜਿਸ ਦਿਨ ਇਹ ਕੰਮ ਹੋਇਆ ਸੀ ਉਦਣ ਸਾਰਿਆਂ ਨੂੰ ਸਾਰੇ ਹੀ ਸ਼ੱਕ ਜ਼ਾਹਰ ਕਰ ਰਹੇ ਸੀ, ਕੋਈ ਕਹਿੰਦਾ? ਹਾਂਜੀ ਹਾਂ, ਸ਼ੱਕ ਕਰ ਰਹੇ ਤੇ ਸਭ, ਪੁਲਿਸ ਵੀ ਕਰ ਰਹੀ ਤੀ ਯਾਰ ਪਿੰਡ ਵੀ, ਠੀਕ ਹੈ ਵੀ ਕੰਮੇ ਇਸਕਾ ਹੋਇਆ ਵਾ। ਫਿਰ ਇਹਨਾਂ ਨੇ ਪੁਲਿਸ ਵਾਲਿਆਂ ਨੇ ਜੀ ਦਵਾ ਰੱਖੀ ਬਾਤ। ਅੱਛਾ, ਇਹਨਾਂ ਨੇ ਕੋਈ ਬਾਤ ਨਹੀਂ ਚੱਕੀ, ਉਹ ਜਿਹੜਾ SSP ਦਾ ਇਹਨਾਂ ਦਾ ਤਾਇਆ ਉਹ ਪੁਲਿਸ ਕੇ ਵਿੱਚ ਰਿਹਾ ਵਾ, ਤਾਂ ਇਹਨਾਂ ਨੂੰ ਆਪਣਾ ਕਹੀ ਗਿਆ ਵੀ ਹਾਂ ਇਹ ਉਹ ਕੰਮ ਕਰੇਂਗੇ, ਉਹ ਕਰੇਂਗੇ ਬਈ ਉਹ ਦੂਏ ਰਸਤਾ ਪਾ ਰੱਖੇ। ਹੁਣ ਜਿਵੇਂ ਕਿ ਤੁਹਾਡੇ ਬੇਟੇ ਨੇ ਵੀ ਕਿਹਾ ਵੀ ਮੇਰਾ ਵੀ ਲਾਈਫ ਡਿਟੈਕਸ਼ਨ ਟੈਸਟ ਕਰਾਓ ਜਾਂ ਉਹਦਾ ਵੀ ਕਰਾਓ, ਚਲੋ ਉਹ ਵੀ ਹੋ ਗਿਆ, ਉਹਦੀ ਰਿਪੋਰਟ ਆਈ ਕਿ ਨਹੀਂ ਆਈ ਕੀ ਪਤਾ, ਉਸ ਆਧਾਰ 'ਤੇ ਪੁਲਿਸ ਨੇ ਫੜਾਓ, ਤੁਸੀਂ ਆਪਣੇ ਤੌਰ ਤੋਂ ਕੀ ਮੰਗ ਕਰਦੇ ਹੋ? ਹਾਂ, ਮੈਂ ਤਾਂ ਮੰਗ ਉਹੀ ਕਰਾਂ ਜੀ, ਇਹਨਾਂ ਨੂੰ ਫਾਹ ਹੋਣਾ ਚਾਹੀਦਾ। ਅੱਛਾ, ਤੁਹਾਨੂੰ ਇਨਸਾਫ ਮਿਲ ਗਿਆ, ਪੁਲਿਸ ਨੇ ਇਨਸਾਫ ਦਵਾਇਆ ਤੁਹਾਨੂੰ? ਹਾਂਜੀ, ਪੁਲਿਸ ਨੇ, ਠੀਕ ਹੈ ਜੀ। ਇਹ ਕਿੰਨੀ ਦੇਰ ਤੋਂ ਤੁਹਾਨੂੰ ਜਦੋਂ ਇਹ ਘਟਨਾ ਹੋਈ ਸੀ, ਮਾੜੀ ਘਟਨਾ ਜਦੋਂ ਹੋਈ ਸੀ, ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਉਹਦੇ ਵਿੱਚ ਬਲਜੀਤ ਅਤੇ ਉਹਦੇ ਹੱਥ ਹੈ? ਬਲਜੀਤ ਕਹਦਾ ਜੀ ਹੱਥ, ਮੈਨੂੰ ਜਦ ਵੀ ਪਤਾ ਲੱਗ ਗਿਆ ਤਾ। ਅੱਛਾ ਜੀ, ਪਰ ਹਮੇ ਕਹਿ ਨਹੀਂ ਸਕੇ ਕੁਛ। ਬਲਜੀਤ ਨੂੰ ਕਈ ਵਾਰ ਪੁਲਿਸ ਨੇ ਫੜਿਆ ਵੀ ਆ, ਉਸ ਤੋਂ ਬਾਅਦ ਛੁੱਟ ਜਾਂਦਾ ਸੀ? ਹਾਂ, ਛੁੱਟ ਜਾਂਦਾ। ਕੀ ਵਜ੍ਹਾ ਸੀ ਇਹ ਜੀ? ਫਿਰ ਵਜ੍ਹਾ ਉਹੀ ਸੀ ਜੀ, ਉਹ ਛਡਾ ਲਿਆ ਬਈ ਤਾਂ। ਅੱਛਾ ਜੀ, ਪਾਇਆ। ਕੀ ਨਾਂ ਉਹਦਾ? ਗੁਰਚਰਨ। ਉਹ ਕੀ ਕਰਦੇ ਨੇ? SSP ਤਾਂ ਜੀ ਪਹਿਲਾਂ ਉਂਗਲੀ ਦੇ ਬਾਦਲ ਕਰ ਗਏ ਦਾ। SHO? ਹਾਂ। ਅੱਛਾ, ਪੂਰੇ ਇਸੀ ਥਾਣੇ 'ਚ ਰਹਿ ਕੇ ਗਏ? ਹਾਂ, ਇਸੀ ਥਾਣੇ, ਮਤਲਬ ਉਹ ਬਚਾ ਲੈਂਦੇ ਸੀ ਇਹਨਾਂ ਨੂੰ। ਹਾਂ, ਫਿਰ ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੈਂ ਮੰਗ ਉਹੀ ਕਰਾਂ ਜੀ, ਇਹਨਾਂ ਨੂੰ ਫਾਹੇ ਦੇ ਬਗੈਰ ਤਾਂ ਛੂਟਾ ਹੀ ਨਾ ਜੀ। ਜਿਹੜੇ ਹੋਰ ਦੋਸ਼ੀਆਂ ਨੇ ਇਹਨਾਂ ਦਾ ਸਾਥ ਦਿੱਤਾ, ਉਹ ਵੀ ਫਾਹਾ ਵਾ ਉਹਨਾਂ ਨੂੰ ਜੀ। ਅੱਛਾ, ਬਸ ਠੀਕ ਹੈ। ਅੱਜ ਇਹ ਪ੍ਰੈਸ ਕਾਨਫਰੰਸ ਇੱਕ ਪੌਣੇ 2 ਸਾਲ ਪੁਰਾਣੇ ਕੇਸ ਦੇ ਰਿਗਾਰਡਿੰਗ ਰੱਖੀ ਗਈ ਹੈ, ਜਿਸ ਵਿੱਚ 22 ਜੁਲਾਈ 2019 ਨੂੰ ਦੋ ਬੱਚੇ, ਦੋ ਸਕੇ ਭਰਾ ਖੇੜੀ ਗੰਡੀਆਂ ਪਿੰਡ ਵਿੱਚੋਂ ਗਾਇਬ ਹੋ ਜਾਂਦੇ ਹੈ, ਇੱਕ 8 ਸਾਲ ਦਾ ਅਤੇ ਇੱਕ 10 ਸਾਲ ਦਾ ਬੱਚਾ। ਕਾਫੀ ਸੈਂਸੇਸ਼ਨ ਹੋਈ, ਕਾਫੀ ਜੋ ਆਸਪੈਕਟਸ ਹੈ ਇਹਦੇ ਐਕਸਪਲੋਰ ਕੀਤੇ ਗਏ ਇਨਵੈਸਟੀਗੇਸ਼ਨ ਦੇ ਦੌਰਾਨ ਕਿ ਇਹ ਕਿਵੇਂ ਬੱਚੇ ਗੁੰਮ ਹੋਏ, ਕਿੱਧਰ ਨੂੰ ਗਏ ਅਤੇ ਇਹਨਾਂ ਦੀ ਮੌਤ ਕਿਵੇਂ ਹੋਈ, ਕਿਉਂਕਿ ਇਹਨਾਂ ਦੀਆਂ ਜੋ ਲਾਸ਼ਾਂ ਸੀ ਉਹ ਖੇੜੀ ਗੰਡੀਆਂ ਨਹਿਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਸੀ। ਹੁਣ ਅਨਲੌਕ ਤੋਂ ਬਾਅਦ ਜਿਹੜੀਆਂ ਸੈਂਸੇਸ਼ਨਲ ਕੇਸਿਸ ਦੀਆਂ ਫਾਈਲਜ਼ ਹੈ ਉਹਨਾਂ ਨੂੰ ਜਦੋਂ ਇੱਕ ਇੱਕ ਕਰਕੇ ਐਕਸਪਲੋਰ ਕੀਤਾ ਗਿਆ ਤਾਂ ਇਹ ਕੇਸ ਸਾਹਮਣੇ ਆਇਆ। ਪਿਛਲੇ 3 ਮਹੀਨੇ ਤੋਂ ਜਿਹੜਾ ਐਫਰਟ ਕੀਤਾ ਗਿਆ DSP ਘਨੌਰ ਅਤੇ ਉਹਨਾਂ ਦੀ ਟੀਮ ਵੱਲੋਂ, ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਜਦੋਂ ਇਹਨੂੰ ਫਿਰ ਤੋਂ ਇਨਵੈਸਟੀਗੇਸ਼ਨ ਨੂੰ ਸਟਾਰਟ ਕੀਤਾ ਗਿਆ, ਸ਼ੁਰੂ ਤੋਂ ਇਹਨੂੰ ਨਵਾਂ ਮੋੜ ਦਿੱਤਾ ਗਿਆ। ਉਹਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਕਿ ਇਹਨਾਂ ਬੱਚਿਆਂ ਦੀ ਖੁਦ ਹੀ
मदर ने माँ ने ते उसके प्रेमी ने इन दोनों बच्चों की जान लैन की साजिश रची। फिर इन्हों घर तो गुरुद्वारे के बाहर भेजा गया। गुरुद्वारे तो फिर जो कि इन्हों की मदर का लवर है बलजीत सिंह वो आके स्कूटी पर इन्हों लैके जाता है। उत्थों नहर वाले पास में लैके जाता है। नहर के कंडे पर जाके इन्हों धक्का दे दिंदा है। इन्हों एलीमिनेट कर दिंदा है। फिर हुण जदों कि तफतीश अपने लॉजिकल एंड ते पहुँच गई है तो इन्हों दोनों मुजरिमों ने ये कबूल कर लिया। इहदा पूरा सीकुएंस ऑफ ईवेंट है जिहड़ा जिहड़ा चेन ऑफ ईवेंट्स है वो सारे इन्हों ने खुद एक एक थां ते जाके पुलिस नूं इनवेस्टिगेशन ऑफिसर्स नूं डीएसपी साहब नूं ते मैनु खुद नूं ये सारी चीज़ एक्सप्लेन की है कि इन्होंने साजिश किवें रची किवें अमल दे विच लैके आंदी किवें अलग अलग मोबाइल फोन यूज़ किए किहड़े किहड़े नंबर इन्होंने वरते किहड़े कदों बंद होए तो उत्थों सारियां गल्लां क्लीयर हो गई। तो बड़ी चंगी इनवेस्टिगेशन पूरी टीम ने की है कि तो ये टीम वधाई की पात्र है। ये जिहड़े दोनों मुजरिम है ये सज़ा दे पात्र है। सर इन दोनों तो अलावा भी कोई इन्होंने इनवॉल्व सीगा सर? नहीं हजे कोई इस तरह की चीज़ सामने नहीं आई इन्हों अलावा इन्हों दो अलावा। रिमांड उन्हें कितने दिन का 5 दिन का रिमांड जोड़ा है वो इन दोनों मुजरिमों का सानू मिले। देखो एक तो टेक्निकल आस्पैक्ट हैगा इस तो अलावा बड़ी इंपोर्टेंट चीज़ जी है असी लाइट डिटेक्शन भी इन दोनों का कराया सी। लाइट डिटेक्शन क्योंकि सानू पूरी तरह शक सी जो सारा निचोड़ कढ़ लिया तो सानू ये कि आह पॉइंट है जो इन्हों पुछे जाने चाहिए। फिर इन्होंने लाइट डिटेक्शन टेस्ट करवाया से महीना पहला वो जेडे इन्होंने सवालों के जिस तरह जवाब दते तो टीम ने वो सिट्टा कढ़ लिया कितने ये झूठ बोल सकते। फिर साडा जिहड़ा शक सी वो यकीन दे विच बदल गया तो उन्होंने जदों तफतीश नूं होर अगे उस व्यू पॉइंट तो अगे लैके गए तो ये चीज़ सामने आई कि इन्होंने कतल किया। फिर इन्होंने कबूलिया। सर बलजीत सिंह का पहला भी क्राइम रिपोर्ट कुछ है? नहीं इस तरह का कोई साढ़े ध्यान दे विच इस तो पहला का कोई क्राइम नज़र च नहीं है। सर ये सिर्फ प्रेम संबंधा करके हुआ या कोई प्रॉपर्टी का भी मसला सी क्योंकि चाचा सी वो लड़का है? नहीं प्रॉपर्टी का कोई मसला हजे साढ़े ध्यान दे विच नहीं आया। प्रेम संबंधा करके साढ़े जो ध्यान दे विच पूरी तफतीश उधर नूं ही गई है तो ये हुण तक यही सानूं नज़र आया है। इस तो अलावा जे किसी होर बंदे की इनवॉल्वमेंट आती है या कोई होर एंगल आता है सर जिहड़े अधिकारियों ने जांच दे विच हिस्सा लिया बहुत वधिया ढंग नाल जांच कीती उन्हां वास्ते अगे की उन्हां वास्ते असीं डी जी साहब नूं स्पैशल रिवॉर्ड भी असीं प्रपोज करांगे। दुखी भैण भरावां दे मसीहा पंजाब दे मशहूर ज्योतिष 50 सालां दा महान तजर्बा स्वामी शुक्राचार्य माँ काली उपासक तांत्रिक विधि नाल पाओ 100% गारंटी नाल हर परेशानी दा हल। पति पत्नी च झगड़ा प्रेम ब्याज रुकावट सौदन दुश्मन दा खात्मा विदेश च पक्का होना कीता कराया गुप्त वशीकरण कराओ रुसे प्रेमी प्रेमिका नूं अपने बस च करो लाटरी नंबर पाओ भावें 649 होवे जां लुटो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटण नहीं देवांगा। संपर्क करो 9879004431।